ਹੋਏ ਹੋਏ ਮਿੱਠੜੀਆ ਡੋਗਰੇਂਦੀ ਬੋਲੀ ਤੇ ਖੰਡ ਮਿੱਠੇ ਲੋਗ ਡੋਗਰੇ ਨੋਸਤ ਜੀ ਡੋਗਰੀ ਦੀ ਮਿੰਜਨੇ ਚ ਤੁਹਾਨੂੰ ਅੱਜ ਫੇਰ ਸਵਾਗਤ ਹੈ ਅੱਜ ਅਸ ਫੇਰ ਜੇ ਡੋਗਰਾ ਟਾਕਰੀ ਅੱਖਰਾਂ 'ਈ ਗੱਲ ਕਰਗੇ ਨੀ ਕਿ ਮੇਦਾ ਕਿ ਜਿਹੜੀ ਅਸੀਂ ਥੋੜੇ ਦਿਨ ਲਈ ਤੁਸੀਂ ਬ੍ਰੇਕ ਦਿੱਤੀ ਉਹਦੇ ਦੌਰਾਨ ਤੁਸੀਂ ਜਿਹੜੇ ਡੋਗਰਾ ਟਾਕਰੀ ਅੱਖਰ ਅੱਛੀ ਤਰ੍ਹਾਂ ਰੱਟੇ ਲਏ ਹੋਣੇ ਯਾਦ ਕਰ ਲਈਓ ਕਿ ਕਿਹੜਾ ਅੱਖਰ ਕਿੰਨਾ ਲਿਖਿਆ ਜਾਂਦਾ ਅੱਜ ਅਸ ਸਰ ਸਾਡੇ ਖਤਮ ਹੋ ਚੁੱਕੇ ਦਿਨ ਅੱਜ ਅਸ ਬਿੰਜਨੇ ਦੀ ਗੱਲ ਕਰਗੇ ਅੱਜ ਅਸ ਬਿੰਜਨੇ ਵਿੱਚ ਕ ਵਰਗ ਦੀ ਗੱਲ ਕਰਗੇ ਕ ਵਰਗ ਵਿੱਚ ਕਿਹੜਾ ਕਿਹੜਾ ਜਿਹੜਾ ਵਿਅੰਜਨ ਹੁੰਦਾ ਹੈ ਤੇ ਉਹਨੂੰ ਕਿੰਨਾ ਲਿਖਿਆ ਜਾਂਦਾ ਹੈ ਆਓ ਸਿੱਖਚਾ ਡੋਗਰਾ ਟਾਕਰੀ ਅੱਖਰ ਡੋਗਰੀ ਦੀਆਂ ਮੰਜਾ ਆਪਣੇ ਕਿ ਸਾਰੇ ਥਾਵਾਂ ਪਹਿਲੇ ਕਿਹੜਾ ਇੱਕ ਜਿਹੜਾ ਸਿਰਕ ਏ ਦੇਵਨਾਗਰੀ ਦੇ ਕੋ ਤੇ ਡੋਗਰਾ ਟਾਕਰੀ ਇਹ ਇੰਜ ਲਿਖਿਆ ਜਾਂਦਾ ਉਸੇ ਠੀਕ ਹੈ ਉਹਦਾ ਬਾਅਦ ਜੇ ਕ ਖਾ ਸਾਡਾ ਇਸੇ ਇੰਜ ਲਿਖਿਆ ਜਾਂਦਾ ਤਿੱਕੋ ਦੇ ਜਗ੍ਹਾ ਮੈਂ ਇੰਜ ਲਿਖਿਆ ਦਿਖਿਆ ਸੀ ਇਹ ਸਾਡਾ ਖਾ ਉਹਦਾ ਗ ਜਿਹੜਾ ਇਸੇ ਇੰਜ ਲਿਖਿਆ ਜਾਂਦਾ ਇਸੇ ਇੰਜ ਤੇ ਜਿਹੜਾ ਸਾਡਾ ਲਾਸਟ ਜਿਹੜਾ ਕ ਵਰਗ ਦਾ ਜਿਹੜਾ ਸਾਡਾ ਅੱਖਰ ਹੈ ਉਸੇ ਇੰਜ ਲਿਖਿਆ ਜਾਂਦਾ ਕੀ ਹੈ ਕਿ ਗ ਅ ਲਿਖਣ ਲਈ ਆਸੇ ਕੀ ਕਰਨਾ ਹੁੰਦਾ ਇਹ ਥੋੜੀ ਰੋੜੀ ਆ ਅਗਰ ਦੂਰਾ ਦੇਖੋ ਉਹ ਜੇ ਛੇ ਬਣਦੀ ਲੇਕਿਨ ਜੇ ਜਿਹਾਸੇ ਇਥੇ ਮਰੋੜੀ ਦੇਣੀ ਹੈ ਉਹ ਜੇਗੀ ਸ਼ੈਲ ਵੱਡੀ ਹੁੰਦੀ ਹੈ ਤੇ ਉਹਦਾ ਕੰਨੇ ਜੇ ਕੀ ਇਹਦੀ ਲਿਖਣੇ ਬਣਾਵਟ ਵੀ ਬਿਲਕੁਲ ਚੇਂਜ ਹੋ ਜਾਂਦੀ ਹੈ ਬਿਲਕੁਲ ਬਦਲੀ ਜਾਂਦੀ ਹੈ ਔਰ ਸਾਡਾ ਜਿਗਾ ਖ ਹੈ ਉਸੇ ਇੰਜ ਲਿਖਿਆ ਜਾਂਦਾ ਗ ਜੇਗਾ ਦੇਵਨਾਗਰੀ ਵਿੱਚ ਵੀ ਇੰਜ ਲਿਖਿਆ ਜਾਂਦਾ ਸੇ ਸਾਡਾ ਜਕੇ ਡੋਂਗਰਾ ਟਾਕਰੀ ਆਖਰੇ ਉਹਦੇ ਵਿੱਚ ਉਹਦਾ ਬਾਅਦ ਜੇ ਕ ਸੜਾ ਇਹ ਜੇ ਕ ਲਾਸਟ ਜੇ ਕ ਕ ਵਰਗ ਦਾ ਸਾਡਾ ਵਿਅੰਜਨ ਹੈ ਇਸੀ ਇੰਜ ਲਿਖਿਆ ਜਾਂਦਾ ਤੇ ਅੱਜ ਜਿਹੜੇ ਸਾਡੇ ਇਹ ਪੰਜ ਜੇ ਕਿ ਕ ਵਰਗ ਦੇ ਜਿਕੇ ਅੱਖਰ ਹੈ ਆਸੇ ਸਿੱਖਣ ਤੇ ਤੁਸ ਕਰਨਾ ਗਿਆ ਕਿ ਜਿਕੇ ਸਾਡੇ ਡੋਗਰਾ ਟਾਕਰੀ ਅਖੰਧ ਜਿਆਦਾ ਚਤਵਾ ਜਿਆਦਾ ਜੇ ਕਿ ਸਾਡੇ ਭੈਣ ਭਰਾ ਰਿਸ਼ਤੇਦਾਰ ਹੁੰਦੇ ਤਾਂ ਕਰ ਪਹ ਜਾਓ ਕੀ ਕੀ ਸਾਰੇ ਪਤਾ ਲੱਗਾ ਕਿ ਜੇ ਕਿ ਡੋਗਰੇ ਦੀ ਆਪਣੀ ਸਕ੍ਰਿਪਟ ਹੀ ਡੋਗਰੇ ਦੇ ਆਪਣੇ ਅੱਖਰੇ ਜਿਹੜੇ ਕੋਈ ਜ਼ਮਾਨੇ ਚ ਲਿਖੇ ਜਾਂਦੇ ਹੈ ਤੇ ਸਮੇਂ ਕੰਨੇ ਟਾਈਮ ਕੰਨੇ ਕੀ ਹੋਇਆ ਕਿ ਆ ਸੋਣੀ ਭੁੱਲੀ ਗਏ ਤੇ ਹੁਣ ਜੇ ਕਿ ਉਹ ਸਮੇਂ ਆਈਏ ਕਿ ਆ ਸਾੜੇ ਚ ਸਾੜੇ ਸਮਾਜ ਚ ਮਤੇ ਸਾਰੇ ਲੋਕ ਉਗਣ ਕਿ ਜਿਹਨੇ ਡੋਗਰਾ ਟੱਕਰੀ ਅੱਖਰੇ ਬਾਰੇ ਚ ਇੰਨੀ ਜਾਣਕਾਰੀ ਨਹੀਂ ਹੈ ਤੋ ਉਸੇ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤੇ ਡੋਗਰਾ ਟੱਕਰੀ ਅੱਖਰ ਸਿੱਖੋ ਤੇ ਸਿਖਾਓ ਇਹ ਜਿਹੜੇ ਕ ਵਰਗੇ ਹੈ ਅੱਜ ਇਹਨੇ ਲਿਖਿਆ ਜਾਂਦਾ ਨਹੀਂ ਸ਼ੁਕਰੀਆ ਜੀ ਧੰਨਵਾਦ